हेलो एवरीवन, वेलकम टू द सेशन। आज की क्लास च आपां पढ़न जा रहे हैं पंजाब स्कूल एजुकेशन बोर्ड की पंजवीं क्लास की मैथ्स की बुक ते उहदा सत्तवां चैप्टर ज्योमेट्री बारे। ते आज चर्चा करांगे उहदी पंजवीं एक्सरसाइज एक्सरसाइज 7.5 बारे। देखो, एक्सरसाइज शुरू करन तो पहला मैं तुहानू दस दिंदी हां, जिवें एक क्यूब हैगा जिहदियां सारियां साइड्स बराबर हुंदियां ने, इहदी 6 साइड्स हुंदियां ने, जिवें डाइस नहीं होगी जिहड़ी आपां ਸੱਪ ਸੀੜੀ ਦੇ ਵਿੱਚ ਗੀਟੀ ਨਾਲ ਖੇਡਦੇ ਆ, ਉਹੀ ਹੁੰਦਾ ਇੱਕ ਕਿਊਬ। ਇਹਨੂੰ ਆਪਾਂ ਨੈੱਟ ਤੇ ਕਿਵੇਂ ਬਣਾ ਸਕਦੇ ਆ? ਇਦਾਂ ਕਰਕੇ 4 ਸਾਈਡਸ ਇਦਾਂ, ਇੱਕ ਉੱਤੇ ਇੱਕ ਥੱਲੇ, ਇਹ ਬਣਾਉਣਾ ਆਉਣਾ ਚਾਹੀਦਾ ਤੁਹਾਨੂੰ, ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲਿਓ। ਉਵੇਂ ਹੀ ਜੇ ਕਿਊਬੋਇਡ ਹੈਗਾ, ਇਹ 2 ਸਾਈਡਸ, ਠੀਕ ਹੈ, ਇਹਦੀਆਂ ਵੀ 6 ਸਾਈਡ, 1 2 3 4 5 6 ਸਾਈਡਸ ਹੋ ਗਈਆਂ। ਆ ਇਦਾਂ ਬਣਾਈਦਾ ਸਿਲੰਡਰ ਨੂੰ, ਇਦਾਂ ਕਰਕੇ ਆਪਾਂ ਨੈੱਟ ਦੇ ਉੱਤੇ ਬਣਾ ਸਕਦੇ ਆ। ਚਲੋ ਹੁਣ ਐਕਸਰਸਾਈਜ਼ ਟਰਾਈ ਕਰਕੇ ਦੇਖਦੇ ਆ। ਇਹਨਾਂ ਨੇ ਕਿਹਾ ਵੀ ਤੁਸੀਂ ਇੱਕ ਐਗਜ਼ਾਮਪਲ ਦੋ ਸਰਾਊਂਡਿੰਗਸ ਦੇ ਵਿੱਚੋਂ, ਕਿਊਬੋਇਡ ਦਾ ਕੋਈ ਐਗਜ਼ਾਮਪਲ ਦੋ। ਬ੍ਰਿਕ ਇੱਕ, ਕਿਊਬ ਦਾ ਐਗਜ਼ਾਮਪਲ, ਚੌਕ ਦਾ ਡੱਬਾ, ਚੌਕ ਬਾਕਸ, ਕੋਈ ਹੋਰ ਵੀ ਯਾਦ ਆਉਂਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ। ਕੋਨ ਦਾ ਆਈਸਕ੍ਰੀਮ ਕੋਨ ਕਹਿ ਦਈਏ। ਸਿਲੰਡਰ ਦੇ ਲਈ ਪਾਈਪ, ਜਾਂ ਤੁਸੀਂ ਕਹਿ ਸਕਦੇ ਹੋ ਸਟ੍ਰੋ। ਅੱਗੇ, ਵਿਚ ਆਫ ਦਾ ਫੋਲੋਇੰਗ ਕੈਨ ਫਾਰਮ ਕਿਊਬਸ, ਇਹਨਾਂ ਵਿੱਚੋਂ ਕਿਊਬਸ ਜਿਹੜੇ ਨੇ ਕਿਹੜੇ ਕਿਹੜੇ ਬਣ ਸਕਦੇ ਨੇ? ਡਰਾ ਦੈਮ ਔਨ ਪੇਪਰ ਐਂਡ ਫਾਈਂਡ ਆਨਸਰਸ, ਪੇਪਰ ਤੇ ਬਣਾ ਕੇ ਤੁਸੀਂ ਦੱਸਣਾ ਹੈ, ਠੀਕ ਹੈ। ਹੁਣ ਇਹਦੇ ਵਿੱਚੋਂ ਜੇ ਇਹਨੂੰ ਇਕੱਠਾ ਕਰ ਦੋਗੇ, ਇੱਧਰ ਪੂਰਾ ਇੱਕ ਸਕੁਆਇਰ ਬਣ ਜਾਏਗਾ, ਇਹ ਵਾਲੇ 4 ਨੂੰ ਫੋਲਡ ਕਰੋਗੇ ਤੇ ਇੱਕ ਸਾਈਡ ਤੇ ਇਹ, ਸਾਈਡ ਤੇ ਇਹ ਬਣ ਜਾਏਗਾ। ਇਹਨੂੰ ਰੋਲ ਕਰੋਗੇ ਤਾਂ ਫਿਰ ਇਹ ਦੋਨੋਂ ਸਾਈਡ ਇੱਧਰਲੀ ਸਾਈਡ ਆਣਗੇ, ਦੂਜੀ ਸਾਈਡ ਕੀ ਹੈ? ਕੁਛ ਵੀ ਨਹੀਂ, ਇਹ ਨਹੀਂ ਬਣੇਗਾ। ਇਹਨੂੰ ਰੋਲ ਕਰੋਗੇ ਤਾਂ ਦੋਨੋਂ ਸਾਈਡ ਆ ਹੈਗੇ ਨੇ, ਇਹਦਾ ਵੀ ਬਣ ਜਾਏਗਾ। ਅੱਗੇ, ਇਹਨੂੰ ਰੋਲ ਕਰੋਗੇ ਦੋਨੋਂ ਸਾਈਡ ਤੇ ਹੈਗੇ ਨੇ, ਬਣ ਜਾਏਗਾ। ਇਹਨੂੰ ਰੋਲ ਕਰੋਗੇ ਇੱਕ ਸਾਈਡ ਤੇ ਹੈ, ਨਹੀਂ, ਇਹਨੂੰ ਰੋਲ ਕਰੋਗੇ ਦੋਨੋਂ ਸਾਈਡ ਤੇ ਬੰਦ ਕਰਨ ਨੂੰ ਹੈਗਾ, ਇਹ ਵੀ ਬਣ ਜਾਏਗਾ, ਇਹ ਕਿਊਬ ਨਹੀਂ ਬਣੇਗਾ, ਆ ਵੀ ਨਹੀਂ ਬਣੇਗਾ। ਅੱਗੇ, ਨੇਮ ਦ ਫਿਗਰਸ ਵਿਚ ਕੈਨ ਵਿਚ ਮੇਡ ਫਰੋਮ ਦ ਫੋਲੋਇੰਗ ਨੈਟਸ, ਇਹਦੇ ਤੋਂ ਕੀ ਕੀ ਬਣ ਸਕਦਾ ਹੈ? ਆ ਦੇਖੋ, 6 ਸਾਈਡਸ ਨੇ, 1 2 3 4 5 6, ਇਹਦਾ ਸੇਮ ਸਾਈਜ਼ ਹੈ, ਇਹ ਕਿਊਬ ਬਣ ਜਾਏਗਾ। ਇਹ ਹੈਗਾ ਜੀ 3 4 ਵੱਡੀਆਂ ਸਾਈਡਸ, 2 ਛੋਟੀਆਂ, ਇਹ ਬਣ ਜਾਏਗਾ ਕਿਊਬੋਇਡ। ਇਹਨੂੰ ਜੇ ਗੋਲ ਕਰੋਗੇ, ਕੋਨ ਬਣ ਜਾਏਗਾ ਇਹਦਾ। ਇਹਨੂੰ ਜੇ ਗੋਲ ਘੁਮਾ ਕੇ ਠੀਕ ਕਰੋਗੇ, ਇਹ ਬਣ ਜਾਏਗਾ ਸਿਲੰਡਰ। ਮੈਚ ਦ ਫੋਲੋਇੰਗ ਵਿਦ ਦੇਅਰ ਨੈਟਸ, ਇਹਨਾਂ ਨੂੰ ਮੈਚ ਕਰਨਾ। ਦੇਖੋ, ਮੈਨੂੰ ਪਤਾ ਹੈ ਕੋਨ ਜਿਹੜਾ ਹੈਗਾ ਉਹ ਤਾਂ ਸਿੱਧਾ ਇੱਧਰ ਬਣ ਜਾਏਗਾ, ਡੀ ਪਾਰਟ ਇੱਥੇ ਲਿਖਦਾ, ਸਿਲੰਡਰ ਵਾਲਾ ਏ ਹੈਗਾ, ਕਿਊਬ ਜਿਹੜਾ ਬੀ ਪਾਰਟ ਏ ਹੈ ਕਿਉਂਕਿ ਸੇਮ ਸਾਈਡਸ ਹੈ, ਤੇ ਇਹ ਬਣ ਜਾਏਗਾ ਸੀ ਕਿਊਬ। ਬਸ, ਵੈਰੀ ਸਿੰਪਲ, ਇਹੀ ਸੀ ਕਲਾਸ, ਤੇ ਮੈਂ ਉਮੀਦ ਕਰਦੀ ਹਾਂ ਸਮਝ ਆ ਗਿਆ ਹੋਏਗਾ ਤੁਹਾਨੂੰ ਵਧੀਆ ਤਰੀਕੇ ਨਾਲ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।